ਉਹਨੇ ਦੀ ਫਸਲ ਖਰਾਬ ਹੋ ਰਹੀ ਹੈ ਖਾਸ ਕਰਕੇ ਮਾਲਵੇ ਇਲਾਕੇ ਦੇ ਵਿੱਚ ਫਸਲ ਤੇ ਐਮ ਐਸ ਪੀ ਦਾ ਇਹਨਾਂ ਨੇ ਕਿਹਾ ਕਿ ਦੇਾਂਗੇ ਉਹ ਵੀ ਸਾਰੀ ਫਸਲ ਆ ਜਿਹੜੀ ਐਮ ਐਸ ਪੀ ਤੇ ਨਹੀਂ ਵੇਚੀ ਨਹੀਂ ਚੱਕ ਇਹਨਾਂ ਮੁੱਦਿਆਂ ਤੇ ਕਦੋਂ ਸਰਕਾਰ ਦੀ ਨਜ਼ਰ ਪਾਏਗੀ ਲੰਪੀਸ ਕਿਨਾਂ 1.5 ਲੱਖ ਦੇ ਕਰੀਬ ਗੋਕਾ ਮਰ ਗਏ ਨੇ ਜਾਨਵਰ ਮਰ ਗਏ ਨੇ گاਵਾ ਵਛੇ ਕੱਟੇ ਮਰ ਗਏ ਨੇ ਉਹ ਹਜੇ ਤੱਕ ਇਹਨਾਂ ਬਿਮਾਰੀ ਨੋਟੀਫਾਈ ਨਹੀਂ ਕੀਤੀ ਹੈਗੀ ਕਿਸੇ ਨੂੰ ਪਤਾ ਨਹੀਂ ਇਹਨਾਂ ਨੂੰ ਨਾ ਮਿਨਿਸਟਰ ਨੂੰ ਪਤਾ ਨਾ ਸੈਕਟਰੀ ਨੂੰ ਪਤਾ ਹੈਗਾ ਉਹ ਬੀਬੀ ਕਿੱਥੇ ਗਈ ਹੈ ਉਹ ਵਾਇਰਲ ਅੱਜਕਲ ਬਹੁਤ ਵੀਡੀਓ ਹੁੰਦੀ ਹੈ ਕਿ ਕੈਪਟਨ ਸਾਹਿਬ ਛੱਡੋ ਛੱਡੋ ਇੱਕ ਦਿਨ ਤੇ ਅ ਇਥੇ ਗਈ ਉਸ ਪਾਸੇ ਤੇ ਧਿਆਨ ਹੀ ਹੈਗਾ ਧਿਆਨ ਇਹਨਾਂ ਦਾ ਖਬਰਾਂ ਬਣਾਉਣ ਤੱਕਾ ਕਿਹੜਾ ਮੰਤਰੀ ਕੀ ਬੋਲੂਗਾ ਕਿਹੜੇ ਮੰਤਰੀ ਨੂੰ ਚੱਲਦੀ ਪ੍ਰੈਸ ਕਾਨਫਰੈਂਸ 'ਚ ਉਠਾਉਣਾ ਵਾ ਕਿਹਨੂੰ ਬਿਠਾਉਣਾ ਹੈਗਾ ਕਿਹਦੇ ਕੈਨ ਤੇ ਪ੍ਰੈਸ ਕਾਨਫਰੈਂਸ ਕਰਨੀ ਹੈ ਨਹੀਂ ਕਰਨੀ ਹੈਗੀ ਹੈ ਕਿੰਨੇ ਅੱਜ ਬੋਲਣਾ ਧਿਆਨ ਤੇ ਉਧਰ ਆ ਕੇ ਫੇਸਬੁੱਕ ਟਵਿੱਟਰ ਤੇ ਕਿੰਨੇ ਟਵੀਟ ਕਰਨੇ ਜਿਹੜੇ ਪੰਜਾਬ ਦੇ ਐਮਐਲਏਜ਼ ਨੂੰ ਪੰਜਾਬੀ ਨਹੀਂ ਘਟ ਆਉਂਦੀ ਹੈ ਗਿਆ ਉਹ ਹਿੰਦੀ ਤੇ ਅੰਗਰੇਜ਼ੀ 'ਚ ਟਵੀਟ ਕਰ ਰਿਹਾ ਸੀ ਮਤਲਬ ਇਹਨਾਂ ਦੇ ਟਵੀਟ ਵੀ ਹੋਰ ਕਿੱਥੇ ਚੱਲਦੇ ਨੇ ਭਾਜਪਾ ਨੂੰ ਇੱਕ ਬਿਮਾਰੀ ਹੈਗੀ ਨਾ ਕਿ 70 ਸਾਲਾਂ ਦੇ ਵਿੱਚ ਇੰਡੀਆ ਇੰਡੀਆ ਦੇ ਸਿਮਿਲਰਲੀ ਆਮ ਆਦੀ ਪਾਰਟੀ ਦੀ ਸਰਕਾਰ ਕੇ ਪਿਛਲੇ 70 ਸਾਲਾਂ ਤੋਂ ਪੰਜਾਬ ਚ ਕੋਈ ਕੰਮ ਨਹੀਂ ਹੋ ਗਿਆ ਇਹ ਗੱਲਾਂ ਕਿ ਪਿਛਲੀਆਂ ਸਰਕਾਰਾਂ ਨੂੰ ਨਿੰਦਰ ਦੇ ਦੋ ਆਪ ਕੁਝ ਕਰੋ ਨਾ ਭਾਜਪੀ ਜੋ ਕਰਦੀ ਹੈਗੀ ਆ ਉਹੀ ਫਾਰਮੂਲਾ ਆਮ ਆਦੀ ਪਾਰਟੀ ਪਿਛਲੀਆਂ ਸਰਕਾਰਾਂ ਨੂੰ ਨਿੰਦਰ ਤੇ ਲੱਗੀ ਹੋਈ ਹੈ ਇਹਨਾਂ ਮੁੱਦਿਆਂ ਦੇ ਉੱਤੇ ਸਿਆਸਤ ਤਾਂ ਹੋ ਗਈ ਕਿ ਜਲਾਸ ਹੋਵੇ ਨਾ ਹੋਵੇ ਕਿਉਂ ਹੋਵੇ ਕਿਹੜੇ ਮੁੱਦਿਆਂ ਤੇ ਚਰਚਾ ਹੋਵੇ ਪਰ ਝੋਨੇ ਦੀ ਫਸਲ ਖਰਾਬ ਹੋ ਰਹੀ ਹੈ ਖਾਸ ਕਰਕੇ ਮਾਲਵੇ ਇਲਾਕੇ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਪ੍ਰੈਸ ਕਾਨਫਰੰਸ 'ਚ ਵੀ ਸਵਾਲ ਚੁੱਕੇ ਕਿ ਪਹਿਲਾ ਮੂੰਗੀ ਦੀ ਫਸਲ ਤੇ ਐਮਐਸਪੀ ਦਾ ਇਹਨਾਂ ਨੇ ਕਿਹਾ ਕਿ ਦੇਾਂਗੇ ਉਹ ਵੀ ਸਾਰੀ ਫਸਲ ਆ ਜਿਹੜੀ ਐਮਐਸਪੀ ਤੇ ਨਹੀਂ ਵੇਚੀ ਨਹੀਂ ਚੱਕੀ ਗਈ ਇਸੇ ਤਰ੍ਹਾਂ ਹੋਰ ਨਰਮੇ ਦੀ ਫਸਲ ਖਰਾਬ ਹੋਈ ਸੀ ਗੁਲਾਬੀ ਸੁੰਢੀ ਦਾ ਮਸਲਾ ਸੀ ਹਾਲਾਂਕਿ ਇਹਨਾਂ ਨੇ ਸਰਕਾਰ ਬਣਦੇ ਆ ਮਾਉਜ਼ੀ ਦੀ ਵੀ ਗੱਲ ਕਹੀ ਸੀ ਕਿ ਅਸੀਂ ਮਾਨਸਾ ਦੇ ਅੰਦਰ ਮਾਉਜ਼ੀਆ ਦਿੱਤਾ ਪਰ ਉਹ ਕਹਿੰਦੇ ਮਾਲ ਵਿੱਚ ਹੁਣ ਝੋਨਾ ਵੀ ਖਰਾਬ ਹੋ ਰਿਹਾ ਅਜੇ ਤੱਕ ਗਦਾਵਰੀਆਂ ਨਹੀਂ ਹੋਈਆਂ ਕਿ ਕਿਹੜੀ ਫਸਲ ਕਿੰਨੀ ਖਰਾਬ ਹੋ ਰਹੀ ਹੈ ਇਹਨਾਂ ਮੁੱਦਿਆਂ ਤੇ ਕਦੋਂ ਸਰਕਾਰ ਦੀ ਨਜ਼ਰ ਪਾਏਗੀ ਬਿਲਕੁਲ ਇਸ ਮਸਲੇ ਤੇ ਪੰਜਾਬ ਦਾ ਇਹ ਹੈਗਾ ਔਰ ਕਿਸੇ ਵੀ ਪੰਜਾਬ ਦੇ ਮੰਤਰੀ ਨੇ ਜਾ ਕੇ ਕਿਸਾਨਾਂ ਦਾ ਹਾਲ ਨਹੀਂ ਪੁੱਛਿਆ ਹੈਗਾ ਤੁਸੀਂ ਦੇਖੋ ਲੰਪੀ ਸਕਿਨਾਂ 1.5 ਲੱਖ ਦੇ ਕਰੀਬ ਗੋਕਾ ਮਰ ਗਏ ਕਿਨੇ ਜਾਨਵਰ ਮਰ ਗਏ ਨੇ گاਵਾ ਬੱਚੇ ਕੱਟੇ ਮਰ ਗਏ ਹੈਗੇ ਨੇ ਔਰ ਇੱਕ گاਾਂ ਘੱਟੋ-ਕੱਢ ਜੇ ਦੁੱਧ ਦਿੰਦੀ ਹੈਗੀ ਪਹਿਲੇ ਜਾਂ ਦੂਜੇ ਸੂਏ ਹੈਗੀ ਉਹ ਘੱਟੋ-ਘੱਟ ਲੱਖ ਸਵਾ ਲੱਖ ਦੀਆਂ گاਾਂ ਆ ਤੇ ਜਿਹਦੀਆਂ ਤਿੰਨ گاਵਾ ਮਰ ਗੀਆਂ ਉਹ ਲੰਪੀ ਸਕ ਉਹ ਹਜੇ ਤੱਕ ਇਹਨਾਂ ਬਿਮਾਰੀ ਨੋਟੀਫਾਈ ਨਹੀਂ ਕੀਤੀ ਹੈਗੀ ਜੇ ਨੋਟੀਫਾਈ ਕਰਦੀ ਗਵਰਨਮੈਂਟ ਇੰਡੀਆ ਤੋਂ ਮੁਆਵਜ਼ਾ ਮਿਲ ਸਕਦਾ ਹੈਗਾ ਠੀਕ ਹੈ ਉਹ ਨਹੀਂ ਕੀਤੀ ਉਹ ਕਿਸੇ ਨੂੰ ਪਤਾ ਨਹੀਂ ਇਹਨਾਂ ਨੂੰ ਨਾ ਮਨਿਸਟਰ ਨੂੰ ਪਤਾ ਨਾ ਸੈਕਟਰੀ ਨੂੰ ਪਤਾ ਹੈਗਾ ਆ ਜਿਹੜਾ ਇਹਨੂੰ ਛੋਨਾ ਚੀਨੀ ਵਾਇਰਸ ਕਹਿ ਰਹੇ ਕਿ ਨਹੀਂ ਹੈ ਨਾ ਉਹਦੇ ਵਾਸਤੇ ਐਗਰੀਕਲਚਰ ਮਿਨਿਸਟਰੀ ਕੋ ਹਣਾ ਪਤਾ ਨਹੀਂ ਕਿਸੇ ਨੂੰ ਕਿ ਭਗਵੰਤ ਮਾਨਾ ਜਾਂ ਕੁਲਦੀਪ ਸਿੰਘ ਢਾਲੀਵਾਲ ਕਿਸੇ ਨੂੰ ਵੀ ਨਹੀਂ ਪਤਾਗਾ ਠੀਕ ਹੈ ਜੀ ਉਹ ਨਹੀਂ ਪਤਾਗਾ ਤੇ ਜਾਂ ਨਰਮੇ ਵਾਲੀ ਫਸਲ ਆ ਉਹ ਬੀਬੀ ਕਿਤੇ ਗਈ ਹੈ ਉਹ ਵਾਇਰਲ ਅੱਜਕੱਲ ਬਹੁਤ ਵੀਡੀਓ ਹੁੰਦੀ ਹੈ ਕਿ ਕੈਪਟਨ ਸਾਹਿਬ ਛੱਡੋ ਛੱਡੋ ਇੱਕ ਦਿਨ ਚ ਅਸੀਂ 35 ਫਸਲਾਂ ਤੇ ਐਮਐਸਪੀ ਦੇ ਦਾਂਗੇ ਕਿੱਥੇ ਗਈ ਮੂੰਗੀ ਦੇ ਲੋਕਾਂ ਨੂੰ 85% ਜਿਹੜੀ ਕਿ ਮੂੰਗੀ ਆ ਉਹ ਵਿਦਆਊਟ ਐਮਐਸਪੀ ਦੂਜਾ ਵਿਕੀ ਆ ਗਈ ਆ ਪ੍ਰਾਲਜ ਸਹੀ ਸੀ ਕਿ ਮੂੰਗੀ ਤੇ ਐਮਐਸਪੀ ਮਿਲਣੀ ਚਾਹੀਦੀ ਹੈ ਪਰ ਅੱਗੇ ਗਰਾਊਂਡ ਲੈਵਲ ਤੇ ਕਿਸੇ ਨੇ ਕੰਮ ਨਹੀਂ ਕੀਤਾ ਨਾ ਤੁਸੀਂ ਆਪਣੇ ਡੀਸੀ ਨੂੰ ਕਿਹਾ ਨਾ ਉਹ ਮਾਰਕੀਟ ਮੰਡੀ ਬੋਰਡ ਨੂੰ ਨਾਲ ਲਿਆ ਤੁਸੀਂ ਡਾਇਰੈਕਟਰ ਨੂੰ ਕਹਿੰਦੇ ਸੈਕਟਰੀ ਨੂੰ ਕਹਿੰਦੇ ਹੈਗੇ ਕਿ ਪੂਰੀ ਦੀ ਪੂਰੀ ਜਿਹੜੀ ਮੂੰਗੀ ਲੋਕਾਂ ਨੇ ਬੀਜੀ ਹੈਗੀ ਆ ਐਮਐਸਪੀ ਤੇ ਵਿਕਣੀ ਚਾਹੀਦੀ ਹੈਗੀ ਸਰਕਾਰ ਦਾ ਫੈਸਲਾ ਉਸ ਪਾਸੇ ਤੇ ਧਿਆਨ ਹੀ ਹੈਗਾ ਧਿਆਨ ਇਹਨਾਂ ਦਾ ਖਬਰਾਂ ਬਣਾਉਣ ਤੱਕ ਆ ਧਿਆਨ ਇਹਨਾਂ ਦਾ ਸੁੱਖੀਆਂ ਬਣਾਉਣ ਤੱਕ ਧਿਆਨ ਹੈ ਕਿ ਦਿਨ ਚੋਂ ਵੀ ਪੰਜ ਪ੍ਰੈਸ ਕਾਨਫਰੰਸ ਕਰਨੀਆਂ ਧਿਆਨ ਕਿ ਕਿਹੜਾ ਮੰਤਰੀ ਕੀ ਬੋਲੂਗਾ ਕਿਹੜੇ ਮੰਤਰੀ ਨੂੰ ਚੱਲਦੀ ਪ੍ਰੈਸ ਕਾਨਫਰੰਸ 'ਚ ਉਠਾਉਣਾ ਵਾ ਕਿਹਨੂੰ ਬਿਠਾਉਣਾ ਹੈਗਾ ਕਿਹਦੇ ਕੈਨ ਤੇ ਪ੍ਰੈਸ ਕਾਨਫਰੰਸ ਕਰਨੀ ਆ ਨਹੀਂ ਕਰਨੀ ਹੈਗੀ ਆ ਕਿੰਨੇ ਅੱਜ ਬੋਲਣਾ ਧਿਆਨ ਤੇ ਉਧਰ ਆ ਕੇ ਫੇਸਬੁੱਕ ਟਵਿੱਟਰ ਤੇ ਕਿੰਨੇ ਟਵੀਟ ਕਰਨੇ ਹੁਣ ਕੱਲ ਸਾਰਾ ਟੱਬਾ ਟਵੀਟ ਕਰਨ ਤੇ ਲੱਗਾ ਹੋਇਆ ਮੈਂ ਤੇ ਹੈਰਾਨ ਸੀ ਕਿ ਜਿਹੜੇ ਪੰਜਾਬ ਦੇ ਐਮਐਲਏਜ਼ ਨੂੰ ਪੰਜਾਬੀ ਨਹੀਂ ਘਟ ਆਉਂਦੀ ਹੈ ਗਿਆ ਉਹ ਹਿੰਦੀ ਤੇ ਅੰਗਰੇਜ਼ੀ 'ਚ ਟਵੀਟ ਕਰ ਰਿਹਾ ਸੀ ਮਤਲਬ ਇਹਨਾਂ ਦੇ ਟਵੀਟ ਵੀ ਹੋਰ ਕਿੱਥੇ ਚੱਲਦੇ ਨੇ ਉਹਨਾਂ ਨੂੰ ਲਿਖਦੇ ਨੇ ਆ ਜਿਹੜਾ ਟਵੀਟ ਤੁਸੀਂ ਹਿੰਦੀ 'ਚ ਲਿਖਿਆ ਜਾਂ ਇੰਗਲਿਸ਼ 'ਚ ਦੁਬਾਰਾ ਲਿਖ ਦੋ ਕਿਸੇ ਟੋਟਲ ਆਪਾਂ ਪਹਿਲਾਂ ਵੀ ਬੜੀ ਵਾਰ ਜ਼ਿਕਰ ਕੀਤਾ ਸਵਾਏ ਸੋਸ਼ਲ ਮੀਡੀਆ ਸਵਾਏ ਫੇਸਬੁੱਕ ਉਸ ਤੋਂ ਬਾਅਦ ਹਜੇ ਤੱਕ ਸਰਕਾਰ ਨਹੀਂ ਆ ਰਹੀ ਔਰ ਸਰਕਾਰ ਹੱਲੇ ਵੀ ਜਿੱਤਾ ਭਾਜਪੀ ਨੂੰ ਇੱਕ ਬਿਮਾਰੀ ਹੈਗੀ ਨਾ ਕਿ 70 ਸਾਲਾਂ ਦੇ ਵਿੱਚ ਇੰਡੀਆ ਇੰਡੀਆ ਦੇ ਵਿੱਚ ਕੋਈ ਕੰਮ ਨਹੀਂ ਹੋਇਆ ਸਿਮਿਲਰਲੀ ਆਮ ਆਦੀ ਪਾਰਟੀ ਦੀ ਸਰਕਾਰ ਕੇ ਪਿਛਲੇ 70 ਸਾਲਾਂ ਤੋਂ ਪੰਜਾਬ 'ਚ ਕੋਈ ਕੰਮ ਨਹੀਂ ਹੋ ਗਿਆ ਤੇ ਪੁੱਛੇ ਹਰਪਾਲ ਸਿੰਘ ਚੀਮਾ ਨੂੰ ਅਮਲ ਰੋਡਾਂ ਨੂੰ ਭਗਵੰਤ ਮਾਣੂ ਕਿ ਭਰਾਓ ਤੁਸੀਂ ਜਦੋਂ ਸੰਗਰੂਰ ਤੋਂ ਚੰਡੀਗੜ੍ਹ ਆਉਂਦੇ ਜੋ ਉੱਡ ਕੇ ਆਉਂਦੇ ਕਿ ਬਾਏ ਰੋਡ ਆਉਂਦੇ ਜੀ ਉਹ ਰੋਡ ਕਿਵੇਂ ਬਣਿਆ ਹੈਗੇ ਜਿਹੜੇ ਸਕੂਲਾਂ 'ਚ ਤੁਸੀਂ ਪੜ੍ਹਿਆਗੇ ਉਹ ਕਿੰਨੇ ਬਣਾਏ ਹੈਗੇ ਨੇ ਜਿਹੜੇ ਸਕੂਲ ਹਸਪਤਾਲ ਨੇ ਤੁਹਾਡੇ ਵੱਡ ਬਡਾਰੀਆਂ ਦਾ ਇਲਾਜ ਹੁੰਦਾ ਰਿਹਾ ਜੇ ਤੁਸੀਂ ਉਹ ਕਿੱਥੇ ਹੁੰਦਾ ਰਿਹਾ ਨਾ ਇਹ ਗੱਲਾਂ ਕਿ ਪਿਛਲੀਆਂ ਸਰਕਾਰਾਂ ਨੂੰ ਨਿੰਦਰ ਦੇਦਰ ਆਪ ਕੁਝ ਕਰੋ ਨਾ ਭਾਜਪੀ ਜੋ ਕਰਦੀ ਹੈਗੀ ਆ ਉਹ ਵੀ ਫਾਰਮੂਲਾ ਆਮਾਦੀ ਪਾਰਟੀ ਪਿਛਲੀਆਂ ਸਰਕਾਰਾਂ ਨੂੰ ਨਿੰਦਰ ਤੇ ਲੱਗੀ ਹੋਈ ਹੈ ਜੀ